ਬੀਨੀ ਕਰੋ ਬੀਨੀ ਬੋਰਡ ਮਰਦਾਬਾਦ 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 ਬੀਨੀ ਬੋਰਡ ਮਰਦਾਬਾਦ 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 ਕਾਂਗਰਸ ਸਰਕਾਰ ਮਰਦਾਬਾਦ 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 ਕਾਂਗਰਸ ਸਰਕਾਰ ਮਰਦਾਬਾਦ 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 स्वागत है जी। तुसी देख रहे हो न्यूज़ पंजाब दी चैनल। मोगा दे विच बिजली संकट नू देखते हुए किसानां ने बिजली ग्रिड के सामने किया रोस प्रदर्शन। उद्योगिक बिल्कुल होए बंद। देश विच बिजली संकट होर डूंघा हुंदा जा रहा है। सरकार बिजली संकट के कारण कोले की घाट दस रही है। उत्थे बिजली उद्योगिक बंद होण की कगार ते आ पए हन। पहला सारे उद्योग कोरोना कारण बंद हुए सन अते हुण उन्हां नूं कोरोना तो छुटकारा मिलिया, पर फिर बिजली संकट के कारण हुण घाटा पै रहा है। जिथे एक पासे सरकार सस्ती बिजली देने की गल कर रही है, उत्थे दूजे पासे बिजली की सप्लाई महंगे भाव से भी पूरी नहीं हो रही। दूजे पासे घाट कारण बिजली की सप्लाई नाल फसलां भी पानी की घाट कारण बर्बाद हो रही हैं। आओ देखते हाँ मोगा दियां ਇਹ ਮੂੰਹ ਬੋਲ ਦੀਆਂ ਤਸਵੀਰਾਂ। ਸੁਖਦੇਵ ਸਿੰਘ ਜੀ ਮੇਰਾ ਨਾਮ ਜੀ। ਸੁਖਦੇਵ ਸਿੰਘ ਜੀ, ਕੱਟ ਲੱਗ ਰਹੇ ਨੇ, ਕਿੱਦਾਂ ਕਾਰੋਬਾਰ ਕਿੱਦਾਂ ਚੱਲ ਰਿਹਾ? ਕਾਰੋਬਾਰ ਕਹਿੰਦੇ ਜੀ 8-8 7-7 ਘੰਟੇ ਕੱਟ ਲੱਗਦੇ ਨੇ। ਕਹਿੰਦੇ ਜੀ ਕੋਲਾ ਹੈ ਨਹੀਂ ਜੀ। ਸਾਡੇ ਕੀ ਵਾਸਤੇ ਜੀ ਦੱਸੋ ਤੁਸੀਂ? ਸਾਡਾ ਤਾਂ ਦੇਖੋ ਅਸੀਂ ਤਾਂ ਉਹਨਾਂ ਦੇ ਪਬਲਿਕ, ਅਸੀਂ ਤਾਂ ਵੋਟ ਪਾਈ ਹੈ ਜੀ। ਅਸੀਂ ਤਾਂ ਇਹ ਤਾਂ ਨਹੀਂ ਕੀਤਾ ਜੀ ਤੁਹਾਡੇ ਕੋਲ ਕੋਲਾ ਹੈਗਾ ਨਹੀਂ ਹੈਗਾ, ਅਸੀਂ ਤਾਂ ਵੋਟ ਪਾਈ ਹੈ ਤੁਹਾਨੂੰ। ਪਰ ਇਹ ਦੱਸੋ ਸਾਡਾ ਕਸੂਰ ਕੀ ਹੈ? ਦੱਸੋ ਸਰਕਾਰ ਨੇ। ਹਾਂ ਕੋਲਾ ਤਾਂ ਤੁਸੀਂ ਮੰਗਵਾਉਣਾ, ਅਸੀਂ ਥੋੜ੍ਹਾ ਮੰਗਵਾਉਣਾ? ਸਾਡੇ ਤਾਂ ਬਿੱਲ ਪੈਸੇ ਲਈ ਆ, ਕੋਲਾ ਸਿੱਧਾ ਲਿਆ ਦਿੰਦੇ। ਤੁਹਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ? ਪਾਰਟੀਆਂ ਕਹਿ ਰਹੀਆਂ 3 ਰੁਪਏ ਜਿਹਨਾਂ ਨੂੰ ਬਿਜਲੀ ਦੇਵਾਂਗੇ। 3 ਰੁਪਏ ਯੂਨਿਟ ਦਿੱਲੀ ਦੇ ਰਹੇ ਨਾ। ਦਿੱਲੀ ਸ਼ਹਿਰ ਆ, ਚੰਗੇ ਲੀਡਰ ਆ, ਚੰਗੇ ਬਣੇ ਲੀਡਰ ਸੀ, ਉਹਨਾਂ ਨੇ ਪੜ੍ਹੇ ਲਿਖੇ ਲੀਡਰਾਂ ਦੇ ਬਣਿਆ ਉਹ। ਇੱਥੇ ਤਾਂ ਕਿਹੜਾ ਬੰਦਾ, ਇਹਦਾ ਕੋਲ 8 ਪੜ੍ਹਿਆ 10 ਪੜ੍ਹਿਆ ਕਹਿੰਦਾ ਲੀਡਰ ਬਣ ਜਾਂਦਾ? ਦੱਸੋ ਜੀ। ਚਮਕੌਰ ਸਿੰਘ, ਕਿਰਤੀ ਕਿਸਾਨ ਜ਼ਿਲ੍ਹਾ ਮੀਤਪੁਰ ਦਾ। ਚਮਕੌਰ ਜੀ, ਅੱਜ ਬਿਜਲੀ ਦਫ਼ਤਰ ਇਕੱਠੇ ਹੋਏ ਹਾਂ, ਤੁਸੀਂ ਕੀ ਕਰੋਗੇ? ਬਿਜਲੀ ਦਫ਼ਤਰ ਇਸ ਕਰਕੇ ਇਕੱਠੇ ਹੋਏ ਕਿ ਜਿਹੜਾ ਲਗਾਤਾਰ ਪ੍ਰਚਾਰਿਆ ਜਾ ਰਿਹਾ ਵੀ ਕੋਲਾ ਖਤਮ ਹੋ ਗਿਆ, ਜਾਂ ਉਹਦੇ ਵਿੱਚ ਲਗਾਤਾਰ ਲੰਮੇ ਕੱਟ ਲੱਗਦੇ ਆ, ਸ਼ਹਿਰੀ ਦੇ ਵਿੱਚ ਵੀ ਲੱਗਦੇ ਆ, ਅਤੇ ਜਿਹੜੀਆਂ ਮੋਟਰਾਂ ਵਾਲੀ ਲਾਈਟ ਆ ਉਹਦੇ ਵਿੱਚ ਵੀ ਲੱਗਦੇ ਆ। ਜਿਸ ਤਰ੍ਹਾਂ ਆਪਾਂ ਦੇਖਦੇ ਵੀ ਕੇਂਦਰ ਦੀ BJP ਸਰਕਾਰ ਜਿਹੜੀ ਖੇਤੀ ਕਾਨੂੰਨ ਲੈ ਕੇ ਆਈ ਆ, ਪੰਜਾਬ ਸਰਕਾਰ ਵੀ ਉਸ ਤੋਂ ਘੱਟ ਨਹੀਂ ਹੈ ਵੀ ਜ਼ਮੀਨਾਂ ਖੋਹਣ ਵਾਲੇ ਪਾਸੇ ਇਹ ਲੈ ਕੇ ਜਾ ਰਹੀ ਆ। ਕਿਸਾਨਾਂ ਨੂੰ ਵੀ ਕਿਸੇ ਰੂਪ ਦੇ ਵਿੱਚ ਜ਼ਮੀਨਾਂ ਖੋਹੀਆਂ ਜਾਣ, ਲੋਕ ਆਪੋ ਆਪਦੇ ਆਪ ਕਹਿਣ ਵੀ ਯਾਰ ਖੇਤੀ 'ਚ ਕੀ ਲਾਭ ਆ। ਪਹਿਲਾਂ ਵੀ ਲੋਕ ਕਹਿੰਦੇ ਆ ਵੀ ਇਹਨੂੰ ਬਈ ਜ਼ਮੀਨ ਨੂੰ ਵੇਚ ਦੇਣਾ ਚਾਹੀਦਾ। ਬਹੁਤ ਸਾਰੇ ਲੋਕ ਇੱਥੋਂ ਵੇਚ ਕੇ ਵਿਦੇਸ਼ਾਂ ਵਿੱਚ ਜਾ ਚੁੱਕੇ ਆ। ਜੇ ਆਪਾਂ ਸਮੱਸਿਆ ਦੀ ਗੱਲ ਕਰੀਏ ਵੀ ਲਗਾਤਾਰ ਪ੍ਰਚਾਰਿਆ ਜਾ ਰਿਹਾ, ਪਿਛਲੇ ਸਾਲ ਵੀ ਇਸ ਤਰ੍ਹਾਂ ਸੀ, ਇਹਨਾਂ ਦਿਨਾਂ ਦੇ ਵਿੱਚ ਆ ਕੇ, ਕਿਉਂਕਿ ਕਿਸਾਨਾਂ ਨੇ ਕਣਕ ਵੀ ਉਸੇ ਰੌਣੀ 'ਤੇ ਬੀਜਣੀ ਹੁੰਦੀ ਵੀ ਕੋਲਾ ਹੈ ਨਹੀਂ। ਪੰਜਾਬ ਸਰਕਾਰ ਕੋਲ ਆਪਾਂ ਨੂੰ 70-72-75 ਸਾਲ ਹੋ ਗਏ ਇਸ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਵੀ ਸਰਕਾਰਾਂ ਬਣਦੀਆਂ, ਸੈਂਟਰ ਦੇ ਵਿੱਚ ਵੀ ਬਣਦੀਆਂ, ਕਿਉਂ ਨਾ ਆਪਾਂ ਇਹ ਤੋਂ ਕੋਲੇ ਤੋਂ ਬਿਨਾਂ ਪਾਣੀ ਬਿਜਲੀ ਪਾਣ ਬਿਜਲੀ ਬਣਾ ਸਕਦੇ ਹਾਂ? ਵੱਡੇ ਵੱਡੇ ਇੱਥੇ ਦਰਿਆ ਹੈਗੇ, ਉੱਥੇ ਆਪਾਂ ਪ੍ਰੋਜੈਕਟ ਲਾਈਏ, ਇਦੂ ਬਣਾ ਜਿਹੜੀ ਸੂਰਜ ਵਾਲੀ ਊਰਜਾ ਉਹ ਤੋਂ ਆਪਾਂ ਪ੍ਰੋਜੈਕਟ ਲਾਭ ਲੈ ਸਕਦੇ ਹਾਂ। ਲਗਾਤਾਰ ਇਹ ਪ੍ਰਚਾਰ ਕੇ ਸਰਕਾਰ ਨਿਕਲ ਜਾਂਦੀ ਆ ਵੀ ਹਰ ਸਾਲ ਦੀ ਤਰ੍ਹਾਂ ਵੀ ਕੋਲਾ ਹੈ ਨਹੀਂ ਗਾ, ਕੋਲਾ ਹੈ ਨਹੀਂ। ਇਸ ਤੋਂ ਬਿਨਾਂ ਇਹ ਦੋ ਹੋਰ ਵੀ ਰਾਹ ਹੈਗੇ, ਇੱਥੋਂ ਵੀ ਲਾਈਟ ਪੈਦਾ ਕਰਕੇ ਇਹਨਾਂ ਮੋਟਰਾਂ ਵਾਲੀਆਂ ਜਿਹੜੀ ਸ਼ਹਿਰੀ ਆ ਪਿੰਡ ਵਾਲੀ ਉਹ ਆਪਾਂ ਲੈ ਸਕਦੇ ਹਾਂ। ਜੀ ਅੱਜ ਬਿਜਲੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਹਾਂ, ਕੀ ਮੁਕਾਰ ਇਹ? ਅਸੀਂ ਅੱਜ ਬਿਜਲੀ ਦਫ਼ਤਰ ਇਕੱਠੇ ਇਸ ਕਰਕੇ ਹੋਏ ਹਾਂ ਕਿ ਸਾਰੇ ਮੋਗੇ ਅਵਲ ਤਾਂ ਪੰਜਾਬ ਦੇ ਵਿੱਚ ਜਿਹੜੀ ਸਪਲਾਈ ਆ ਜਾਣ ਬੁੱਝ ਕੇ ਸਰਕਾਰਾਂ ਕਿਸਾਨਾਂ ਨੂੰ ਖਰਾਬ ਕਰਨ ਲੱਗੀਆਂ ਹੋਈਆਂ, ਕਿਉਂਕਿ ਫਸਲ ਸਿਰੇ 'ਤੇ ਆਈ ਵੀ ਆ, ਪੱਕਣ ਵਾਲੀ ਆ, ਪੱਕੀ ਹੋਈ ਆ, ਕਿਸੇ ਨੂੰ 1 ਪਾਣੀ, ਕਿਸੇ ਨੂੰ 2 ਪਾਣੀ, ਕਿਸੇ ਨੂੰ 3 ਪਾਣੀ ਹੁਣ ਚਾਹੀਦੇ ਆ ਜ਼ਰੂਰੀ। ਜੇ ਇਹ ਪਾਣੀ ਨਹੀਂ ਲੱਗਦੇ ਤਾਂ ਜਿਹੜੇ ਪਾਣੀ ਪਹਿਲਾਂ ਲੱਗੇ ਆ ਤਾਂ ਜਾਂ ਕੋਈ ਉੱਤੇ ਖਰਚਾ ਕੀਤਾ ਸਾਡੀ ਫਸਲ 'ਤੇ, ਉਹਨੇ ਬਚਣਾ ਨਹੀਂ ਆ, ਤਬਾਹ ਹੋ ਜਾਣਾ ਜੇ ਪਾਣੀ ਹੁਣ ਪੱਕੀ ਹੋਈ ਫਸਲ ਨੂੰ ਨਾ ਲੱਗਿਆ। ਇਸ ਕਰਕੇ ਅਸੀਂ ਅੱਜ ਮੰਗ ਕਰਦੇ ਹਾਂ ਕਿ ਸਾਨੂੰ 8 ਘੰਟੇ ਸਪਲਾਈ ਜਿਹੜੀ ਯਕੀਨੀ ਦਿੱਤੀ ਜਾਵੇ। ਅੱਜ ਅਸੀਂ ਇੱਥੇ ਐਕਸ਼ਨ ਦਫ਼ਤਰ ਆਉਣਾ ਸੀਗਾ, ਅਸੀਂ ਸਟੇਟਮੈਂਟ ਵੀ ਦਿੱਤੀ ਸੀ, ਪਰ ਸਾਡੇ ਨਾਲ ਇਹਨਾਂ ਦੀ ਜਿਹੜੀ ਸਪੈਸ਼ਲ ਬ੍ਰਾਂਚ ਹੈ ਉਹ ਮੁਲਾਜ਼ਮਾਂ ਨੇ ਬਹਿ ਕੇ ਇਹਨਾਂ ਨਾਲ ਗੱਲ ਕਰਾਈ ਹੈ, ਸੁਪਰਡੈਂਟ ਸਾਹਿਬ ਨਾਲ ਗੱਲ ਹੋਈ ਹੈ, ਐਕਸ਼ਨ ਦੋਨੇ ਹੈ ਨਹੀਂ ਗੇ ਇੱਥੇ। ਉਹਨਾਂ ਨੇ ਭਰੋਸਾ ਦਵਾਇਆ ਵੀ ਅਸੀਂ ਜਿੱਥੇ ਸਾਨੂੰ ਲੈ ਕੇ ਦਿਓ ਜਿਹੜੇ ਫੀਡਰ 'ਤੇ ਨਹੀਂ ਮਿਲੀ ਅਤੇ ਅਸੀਂ ਇਹ ਆਪਣਾ
ਜਿਹੜਾ ਇਹ ਸਰਕਾਰ ਨੂੰ ਭੇਜਾਂਗੇ ਤੁਹਾਡੀ ਜਿਹੜਾ ਮੰਗ ਪੱਤਰ ਹੈ ਅਤੇ ਤੁਹਾਨੂੰ ਇੱਕ ਅੱਧੇ ਦਿਨ 'ਚ ਉਹ ਸਪਲਾਈ ਦਵਾ ਦਿਆ ਪਾਵਰ ਕੱਟ ਲੱਗ ਰਹੇ ਨੇ ਪੰਜਾਬ ਦੇ ਵਿੱਚ ਬਾਸਪਤੀ ਦੇ 6 ਦੇ ਕਰੀਬ ਜਿਹੜੇ ਆ ਥਰਮਲ ਪਲਾਂਟ ਬੰਦ ਹੋ ਗਏ ਨੇ ਯੂਨਿਟ ਬੰਦ ਹੋ ਗਏ ਨੇ ਅਤੇ ਕੋਇਲੇ ਦੀ ਘਾਟ ਦੱਸੀ ਜਾ ਰਹੀ ਹੈ ਕੀ ਕਹੋਗੇ ਇਹਦੇ 'ਤੇ ਜਿਹੜੀ ਕੋਲੇ ਦੀ ਘਾਟ ਦਿੱਤੀ ਦੱਸੀ ਜਾ ਰਹੀ ਆ ਸਰਕਾਰਾਂ ਦਾ ਇਹਨਾਂ ਦੀ ਜਨਤਾ ਦੀ ਜਿਹੜੀ ਹੁੰਦੀ ਆ ਮੁੱਢਲੀਆਂ ਸਹੂਲਤਾਂ ਉਹਦੇ ਲਈ ਬਿਲਕੁਲ ਕੋਈ ਧਿਆਨ ਨਹੀਂ ਇਹਨਾਂ ਦਾ ਤਾਂ ਧਿਆਨ ਕੁਰਸੀ ਇੰਨੀ ਆ ਕਿਤੇ ਚੰਨੀ ਨਿਭਾ ਦਿਉ ਅਤੇ ਕਿਤੇ ਉਹਨੂੰ ਦੂਜੇ ਨੂੰ ਕੈਪਟਨ ਨੂੰ ਲਾ ਦਿਓ ਇਸ ਕਰਕੇ ਉਹਨਾਂ ਦਾ ਕੁਰਸੀਆਂ ਦਾ ਹੀ ਰੌਲਾ ਸਰਕਾਰਾਂ ਨਹੀਂ ਧਿਆਨ ਹੀ ਹੈ ਨਹੀਂ ਇਹਨਾਂ ਦਾ ਧਿਆਨ ਪਹਿਲਾਂ ਕੋਲੇ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਫਸਲ ਪੱਕਣ 'ਤੇ ਆਈ ਆ ਹੁਣ ਕਹਿੰਦੇ ਕੋਲਾ ਹੈ ਨਹੀਂਗਾ ਪੰਜਾਬ ਗੌਰਮੈਂਟ ਕਹਿੰਦੀ ਕਿ ਕੋਲਾ ਹੈ ਨਹੀਂ ਸੈਂਟਰ ਦੇ ਮੰਤਰੀ ਕਹਿੰਦੇ ਆ ਜਿਹੜੇ ਕੋਲੇ ਵਾਲੇ ਉਹ ਕਹਿੰਦੇ ਸਾਡੇ ਕੋਲ ਕੋਲਾ ਵਾਧੂ ਆ ਪਰ ਉਹਦੀ ਸਮੱਸਿਆ ਇਹ ਆ ਕਿ ਕੋਲਾ ਲੈਣ ਵਾਸਤੇ ਪੈਸੇ ਚਾਹੀਦੇ ਆ ਪੈਸੇ ਸਰਕਾਰਾਂ ਕੋਲ ਹੈ ਨਹੀਂ ਆਹ ਹਾਲਾਤ ਆ ਸਰਕਾਰ ਦੇ ਬਾਸਪਤੀਆਂ ਵੀ ਸਿਰੇ 'ਤੇ ਆਈਆਂ ਹੋਈਆਂ ਪਾਣੀ ਮੰਗਦੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਸਾਰਕਸ ਦੇ ਸ਼ੋਅ ਸਭ ਕੀ ਰਾਣੀ ਬੇਬੋ ਦੀ ਪ੍ਰਚੂਰ ਅੱਜ ਮੈਂ ਤੁਹਾਡੇ ਨਾਲ ਇੱਕ ਖਬਰ ਸ਼ੇਅਰ ਕਰਨ ਆਈ ਹਾਂ ਗਾਈਸ ਇੱਕ ਨਿਊਜ਼ ਚੈਨਲ ਹੈ ਯੂਟਿਊਬ ਨਿਊਜ਼ ਚੈਨਲ ਜਿਹਦਾ ਨਾਮ ਹੈ ਨਿਊਜ਼ ਪੰਜਾਬੀ ਬਹੁਤ ਵਧੀਆ ਚੈਨਲ ਹੈ ਬਹੁਤ ਵਧੀਆ ਨਿਊਜ਼ ਦਿਖਾਉਂਦਾ ਹੈ ਪਲੀਜ਼ ਤੁਸੀਂ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਤਾਂ ਕਿ ਪਲ ਪਲ ਦੀ ਤਾਜ਼ਾ ਖਬਰ ਤੁਹਾਨੂੰ ਮਿਲਦੀ ਹੈ